हर रोज़ सूरज चढ़ता है तो दिन होता है, पर कईयां दी जिंदगी च ऐसे घुप हनेरे हुंदे ने कि बाहर भावें लख सूरज चढ़न पर उन्हां दी जिंदगी च चानण नहीं हुंदा, क्योंकि उन्हां दी जिंदगी च पसरिया हुंदा है हनेरा, स्याह हनेरा। प्रोग्राम असल तस्वीर दी अगली तस्वीर भी कुछ इस तरह का ही बयान कर रही है। ये तस्वीर है जरमनजीत सिंह दी। उसदे सिर तों बाप दा साया की उठिया, मानो दुनिया दा सारा हनेरा ही कट्ठा होके उहदे घर आ गया होवे ते मल लिया होवे घर दा हर खल खुंजा। इस हनेरे दी बुक्कल च की कुछ लुकिया होया है, इस परिवार दी की है पूरी विथ्या, आओ जानदे हां जरमनजीत ते उहदे परिवार पासों। ਬੱਚਿਆਂ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੇਮ ਸੀਗਾ। ਇਹੀ ਸੋਚਦੇ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾਉਣੀ ਹੈ, ਇਹਨਾਂ ਦੀ ਜ਼ਿੰਦਗੀ ਬਣਾਉਣੀ ਹੈ। ਅਤੇ ਕੁਦਰਤ ਦੀ ਇਹੋ ਜਿਹੀ ਕੋਈ ਸਾਡੀ ਬਦਕਿਸਮਤੀ ਸਮਝ ਲਓ ਜਾਂ ਬੱਚਿਆਂ ਦੀ, ਕਿਉਂਕਿ ਉਹ ਪੂਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ। ਪਾਪਾ ਦੀ ਜਦੋਂ ਡੈਥ ਹੋ ਗਈ ਸਾਰੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਹੀ ਹੈ, ਸਾਰੇ ਕੰਮ ਕਾਰ ਸਾਰੇ ਮੇਰੇ ਸਿਰ 'ਤੇ ਹੀ ਆ, ਮੈਂ ਹੀ ਕਰਦਾ। ਅੱਗੇ ਤਾਂ ਦੁੱਖ ਹੀ ਆਉਂਦੇ ਸੀ, ਪਰ ਜਾਂ ਇਹਨਾਂ ਦੀ ਮੌਤ ਨੇ ਤਾਂ ਸਾਡਾ ਬਿਲਕੁਲ ਲੱਕ ਹੀ ਤੋੜ ਦਿੱਤਾ। ਉਹੀ ਇੱਕ ਕਮਾਈ ਦਾ ਸਾਧਨ ਸੀਗਾ, ਉਹ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ, 10-15 ਹਜ਼ਾਰ ਆਉਂਦਾ ਸੀ। ਇਹ ਦੁੱਖ ਸਾਡਾ ਸਾਰੀ ਉਮਰ ਨਹੀਂ ਭੁੱਲ ਸਕਦਾ। ਅਸੀਂ ਤਾਂ ਮਾੜੀਆਂ ਚੰਗੀਆਂ ਜ਼ਿੰਮੇਵਾਰੀਆਂ ਹੁਣ ਨਿਭਾਵਾਂਗੇ ਜਿਹੜੀਆਂ ਸਾਨੂੰ ਪੈ ਗਈਆਂ, ਪਰ ਇਸ ਦੁੱਖ ਨੂੰ ਅਸੀਂ ਕਦੀ ਵੀ ਨਹੀਂ ਭੁੱਲ ਸਕਦੇ ਕਿ ਉਹ ਆਪਣੇ ਆਪਣਾ ਬੱਚਿਆਂ ਦਾ ਸੁੱਖ ਨਹੀਂ ਵੇਖ ਕੇ ਗਏ ਜਾਂ ਆਪਣੇ ਬੱਚਿਆਂ ਦਾ ਪੂਰਾ ਪਿਆਰ ਨਹੀਂ ਲੈ ਕੇ ਗਏ, ਨਾ ਪੂਰਾ ਪਿਆਰ ਦੇ ਸਕੇ। ਫਾਦਰ ਸਾਹਿਬ ਦੇ ਡੈਥ ਹੋਣ ਤੋਂ ਬਾਅਦ ਮਦਰ ਜਿਹੜੇ ਨੇ ਵੈਸੇ ਕਾਫੀ ਜ਼ਿਆਦਾ ਬਿਮਾਰ ਚੱਲ ਰਹੇ ਨੇ। ਬੱਚੇ ਦੀਆਂ ਦੋ ਸਿਸਟਰਸ ਨੇ, ਘਰ ਦੇ ਵਿੱਚ ਕੋਈ ਹੋਰ ਮੈਂਬਰ ਨਹੀਂ ਹੈ ਜਿਹੜਾ ਕਿ ਬੱਚੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਸਕੇ ਜਾਂ ਉਹਨਾਂ ਦੀ ਕੋਈ ਫਾਈਨੈਂਸ਼ੀਅਲੀ ਸਪੋਰਟ ਕਰ ਸਕੇ। ਇਸ ਕਰਕੇ ਇੱਕ ਬੱਚਾ ਹੀ ਆਪਣੇ ਮਾਤਾ ਦਾ ਇੱਕ ਬਹੁਤ ਵੱਡਾ ਸਹਾਰਾ ਹੈ। ਮੇਰਾ ਨਾਮ ਜਰਮਨਜੀਤ ਸਿੰਘ ਹੈ, ਮੈਂ ਇਸ ਅਕੈਡਮੀ ਵਿੱਚ 2012 ਤੋਂ ਪੜ੍ਹਦਾ ਆ ਰਿਹਾ। ਮੇਰਾ ਨਾਲ ਹੀ ਥੋੜ੍ਹੀ 2 ਕਿਲੋਮੀਟਰ ਦੂਰ ਪਿੰਡ ਆ, ਪਿੰਡ ਗਗੜੇਵਾਲ। ਜਰਮਨਜੀਤ ਆਪਣੇ ਪਰਿਵਾਰ 'ਚ ਕੌਣ ਕੌਣ? ਮੇਰੀ ਫੈਮਿਲੀ ਦੇ ਵਿੱਚ 5 ਮੈਂਬਰ ਹਾਂ ਅਸੀਂ। ਮੇਰੇ ਪਾਪਾ ਦੀ 1 ਸਾਲ ਹੋ ਗਿਆ ਡੈਥ ਹੋਈ, ਅਤੇ ਮੇਰੇ 2 ਸਿਸਟਰ ਹਨ, ਅਤੇ ਮੇਰੇ ਮੰਮਾ ਜੀ ਆ ਅਤੇ ਮੈਂ। ਮੇਰੇ ਪਾਪਾ ਸਕੂਲ ਦੇ ਟਰੱਸਟ ਵੱਲੋਂ ਹੀ ਜੋਬ ਕਰਦੇ ਸਿਕਿਉਰਿਟੀ 'ਚ, ਅਤੇ ਉਹਨਾਂ ਦੇ ਹਾਰਟ ਅਟੈਕ ਦੀ ਪ੍ਰੋਬਲਮ ਸੀ ਉਹਨੂੰ। ਹਾਂਜੀ, ਜੋਬ ਦੇ ਦੌਰਾਨ ਹੀ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀ, ਅਤੇ ਉਸ ਤੋਂ ਬਾਅਦ ਅਸੀਂ ਹੋਸਪਿਟਲ ਖੜਿਆ ਸੀ ਉਹਨਾਂ ਨੂੰ, ਅਤੇ ਉਹਨਾਂ ਨੂੰ 3 ਬ੍ਰੇਨ ਅਟੈਕ ਹੋਏ ਅਤੇ ਉਹਨਾਂ ਦੀ 9 ਤਰੀਕ ਨੂੰ ਡੈਥ ਹੋ ਗਈ। ਦੁੱਖ, ਮੈਂ ਜਦੋਂ ਵੀ 27 ਸਾਲ ਹੋ ਗਏ ਇਸ ਘਰ ਵਿੱਚ ਆਈ ਨੂੰ, ਬਸ ਜਦੋਂ ਬੱਚੇ ਪਹਿਲਾਂ ਮੇਰਾ ਸਭ ਤੋਂ ਵੱਡਾ ਬੇਟਾ ਸੀਗਾ, ਉਹ ਵੀ ਹੁੰਦੇ ਸਾਰੇ ਵੀ ਖਤਮ ਹੋ ਗਿਆ ਸੀਗਾ। ਫਿਰ 2 ਬੇਟੀਆਂ ਹੋਈਆਂ ਸੀ, ਇਹ ਜਰਮਨ ਜਿਹੜਾ 12 ਸਾਲ ਬਾਅਦ ਹੋਇਆ ਸੀਗਾ, ਅਤੇ ਅਸੀਂ ਬਹੁਤ ਹੀ ਦੁੱਖਾਂ ਦੇ ਨਾਲ ਹੀ ਘਾਲਣਾ ਘਾਲਦੇ ਰਹੇ ਹਾਂ, ਅਤੇ ਅੱਜ ਤੱਕ ਵੀ ਇਸੇ ਦੁੱਖਾਂ ਦੇ ਵਿੱਚ ਹੀ ਸਾਡੀ ਜ਼ਿੰਦਗੀ ਬਤੀਤ ਹੋਣ ਲਈ। ਵੱਧਦੀਆਂ ਜਾਂਦੀਆਂ ਨੇ ਕਿਉਂਕਿ ਬੱਚੇ ਵੀ ਪੜ੍ਹਦੇ ਨੇ, ਇਹਨਾਂ ਦੀਆਂ ਜ਼ਰੂਰਤਾਂ ਨੇ, ਬੇਟੀਆਂ ਨੇ ਉਹ ਵੀ ਜਵਾਨ ਨੇ, ਉਹਨਾਂ ਨੇ ਵੀ ਵਿਆਹ ਵੀ ਕਰਨੇ ਨੇ, ਸਾਰੇ ਕੰਮ ਤਾਂ ਕਰਨੇ ਹੀ ਨੇ, ਭਾਵੇਂ ਆਪ ਚਲੇ ਗਏ ਹੁਣ, ਕੰਮ ਥੋੜ੍ਹੀ ਛੱਡ ਦੇਣੇ ਨੇ ਪਿੱਛੇ।
डंगर भी रखे मैं उन्होंने पट्ठे पा के उस तो बाद मैं अपनी स्टडी भी करता हाँ तो जोड़ा बचा कुछ टाइम मैं थोड़ा जहाँ लागे ग्राउंड खेडन चल जाता बहुत वधिया बंदा बहुत भला मान शरीफ बहुत ज़्यादा शरीफ सी तत का शरीफ से सारे पता हूँ तो यही है भी इन्होंने बच्चों की कोई मदद की जाए चाहे सरकार करे चाहे बाहर बैठिया एन आई ए वीर बैठे वो कर जर्मन बहुत बच्चा जो छोटा बच्चा वा दो सिस्टर वा वो भी पढ़ाई कर रही जर्मन भी पढ़ाई कर रहा वा पढ़ाई के खर्चे तुम पता किस तरह के पढ़ाई के खर्चे ने तुम हम सामने कंध देख सकते हो एक तो मिट्टी ना चिणी होती पर मिट्टी तो बगैर चिणी हुई कंध है परिवार की किन्ना किन्ना हालात सही हो गए एक सुरजीत सिंह ही जोड़ा परिवार को बेचारा रोटी खवा रहा है वह भी पूरा हो गया बहुत ही नाइस तो बहुत ही वधिया बंदा सी बड़ा वधिया ही मैनू कभी उन्हें कभी डांटे ही नहीं कभी कहते वो आते होंगे ही जो घर आते होंगे कोई नहीं जिदा करनी तो कर ला उन्होंने टेंशन नहीं उन्हें पता भी घर है वा जिम्मेवारी भी सियाना ही भी घर सामभी जाता वा तो मैनू भी कोई टेंशन नहीं ही मैं पता भी बैठे आ भावें क उत्थे होंगे ही तो भी होंगे भी कोई चक्कर नहीं गा है बापू बैठा वा हूँ जो नहीं है हूँ थोड़ा जहा टेंशन रही हर वे भी नहीं हूँ मैं कला जहा जिदा बंदा रह जाता कला रह गया हूँ करना पैना सब को अपने सिर से करना पैना हर वे रात दिन आईसीयू के मूहे गढ़ बैठा रहा हूँ सत दिन एक भी पल नहीं पासे होया भी मैं एक पास एक दिन भी कित कोई जो कहता अज तू घरे चल जा आराम कर ला कहता नहीं मैं अपने पापा ठीक करके तो मैं उन्ना चिर घर नहीं जाना जिन्ना चिर मेरा पापा ठीक नहीं हो छोटी जी उम्र इन्ना वक्त देखा दो साल इन्हें बहुत जदोजहद की बीमारी के नाल पैर कटे जो पैर का ऑपरेशन होया दस दिन खडूर साहिब रोज पट्टी करवाउण जांदा हुंदा सी मोटरसाइकिल ते लै जाणा फिर पट्टी करवा के लियाउणी फिर कदी सी जलंधर हॉस्पिटल एडमिट कर लैणा कदी किसी हॉस्पिटल एडमिट कर लैणा ते फिर ठीक हो जाणा ते हुण जदों अटैक होया फिर होए नहीं ठीक कोई चीज़ जी मंगनी लिया देनी जो आना मैं कुछ मंगना भी डैडी आ लैके आना तो उन्हें उदो लै आना यहोजी कोई चीज़ नहीं भी नहीं ही लिया दी कहीं ना कभी को क्या भी ना लै जो आते ही जी करता तेरा लीला वधिया ही सब कुछ पर रब की मर्जी है जिन्ना चेर उन्होंने लिखी हो गए दवाई दारू करवा रहा वा हर टाइम बस जो कि जाना उस वे लै जाना जे उन्होंने माड़ा जो है भी कहना उस वे मोटरसाइकिल से बहुना तो लै जाना अपना दवाई लै आने दो साल बहुत ही इन्हें सेवा की है जो हॉस्पिटल से सत्त दिन आई सी जी के बूए अगों नहीं लिया कहता मैं अपने पापा ठीक करके खड़ना वा पर रब की कृपा असं हार गए जदों डाढ़े दुख वेखे होण ਤਾਂ ਉਦਾਸੀਆਂ ਸਦੀਵੀ ਤੁਹਾਡੇ ਨਾਲ ਜੁੜ ਜਾਂਦੀਆਂ ਨੇ ਗੁੰਮ ਜੇ ਖਿਆਲ ਅਤੇ ਖਿਆਲਾਂ 'ਚ ਗੁੰਮ ਜੇ ਤੁਸੀਂ ਜ਼ਿੰਦਗੀ ਦੇ ਬੋਝਲ ਪਹੀਏ ਨੂੰ ਧੱਕਾ ਲਾ ਕੇ ਧੱਕ ਰਹੇ ਹੁੰਦੇ ਹੋ ਇਨ੍ਹਾਂ ਉਦਾਸ ਰਾਹਾਂ 'ਤੇ ਸਕੂਲ ਵਿੱਚ ਸਿੱਖਿਆ ਦੇ ਸਬਕ ਲੈਣ ਜਾਂਦੇ ਜਰਮਨਜੀਤ ਨੂੰ ਜ਼ਿੰਦਗੀ ਨੇ ਵੀ ਕਈ ਸਬਕ ਸਿਖਾ ਦਿੱਤੇ ਨੇ ਪਰ ਹੁਣ ਉਹ ਇਨ੍ਹਾਂ ਔਖੇ ਸਬਕਾਂ ਨੂੰ ਮਿਹਨਤ ਦੀ ਛਾਲ ਮਾਰ ਕੇ ਟੱਪਣਾ ਚਾਹੁੰਦਾ ਹੈ ਤਾਂ ਜੋ ਸੋਹਣੇ ਸਫ਼ਰ ਉਹਦੇ ਸਾਥੀ ਉਹਦੇ ਸੰਗੀ ਬਣ ਸਕਣ Attention.
इस समय जिहड़े बच्चे दी फैमिली कंडीशन काफ़ी ज़्यादा क्रिटिकल है कि बच्चे दे फादर साहब दी डैथ होने तो बाद परिवार दे विच कोई भी इस तरह का मैंबर नहीं है जिहड़ा कि उन्हां नूं फाइनैंशियली किसी एंड तो सपोर्ट मिल सके। माता जी भी काफ़ी ज़्यादा बीमार चल रहे हैं, बच्चे दिया दो सिस्टर्स ने और दोनों ही सिस्टर्स बच्चे दिया अनमैरिड ने और बच्चा उन्हां तो छोटा है। कोई बच्चे की कोई ज़्यादा जमीन भी नहीं है जरमनजीत सिंह दी कि वो अपने मतलब फैमिली नूं अगे जां उसकी फैमिली नूं किसी एंड तो कोई सपोर्ट हो सके। काफ़ी ज़्यादा क्रिटिकल कंडीशन विच एक बच्चे दे घर दी हालत जिहड़ी है जे असीं उन्हों इंफ्रास्ट्रक्चर नूं देखिए तां घर भी कोई ज़्यादा बहुत वधिया कंडीशन विच नहीं बनिया होया। गतका वॉलीबॉल खेड दा जरमनजीत बहुत वड्डे सुपने वेखदा है। वह अपने घरदियां लई अपने बाप वांगू सूरज बनना लोचदा है तां जो उस दे परिवार दी जिंदगी चों मनफी हो सके ये चंद्रा हनेरा। जरमनजीत दे परिवार बारे ते जरमनजीत दे पिता बारे की कहना है पिंड दे पतवंतियां दा, आओ जानते हैं। जरमनजीत होनी तीन भैन भरा वा, दो भैन पढ़दियां वा ते जरमनजीत भी प्लस टू दे विच पढ़दा वा। सो इस करके मतलब घर के हालात जिहड़े आ बहुत माड़े आ, दुध दुध पा के थोड़ा बहुत जिहड़ा वो गुजारा इन्हां दा चलदा वा। इन्हां नूं लोड़ आ, मैं तो बेनती करूँगा असीं भी जरूर पिंड वल्लों इन्हां दा साथ देवांगे और दिंदे भी हाँ, पर असीं फिर भी बेनती करदे हाँ कि इन्हां जिहड़ा वा खर्चा जिहड़ा जिद्दां जितनी मदहाली दे विच रह रहे ने, असीं चाहुंदे हाँ कि जिहड़ा कोई भैन साडा वीर बाहर विदेशों के बैठे ने जिन्हों का वधिया काम चलता वा वो इस परिवार वाल वेख के तरस के आधार पर इन्हों जरूर कुछ ना कुछ जिहड़ा वा इन्हों की मदद करन, क्योंकि जरमनजीत की भी पढ़ाई हो जाए और इन्हों दोवां कुड़ियां की भी जिहड़ी पढ़ाई जिहड़ी पूरी कंप्लीट हो जाए। सो मैं तो इहो ही बेनती करूँगा। इहदे फादर साहब जिहड़े मेरे क्लास फैलो जी, इन्ना निघा सुभाव कोई वेख्या ही नहीं कभी किसी बंदे का, ना स्कूल के भी उन्हों का यह हिसाब है, अज तक नहीं उन्हें कभी किसी नाल नेकी की। पर पता नहीं महाराज का भाणा करके मनने वाली गल है भी सिर तो साया उठ गया चरदा, वह अकैडमी के चलो लगा ही अपना थोड़ा बहुत लिया चर का गुजारा हों घर का। गुड़िया मैं दो विहन वाली तुम्हें पता भी कि जिदे तो इन्ना इन्ना भार हो जनानी का भी बेचारे का की हाल हों, तुम आप बहुत बुरा हाल है इन्हों घर का, कोई दसन योग गल है ही नहीं गी। अं चाहते भी चलो मुंडा बीबा वा पढ़ने वाला वा अकैडमी भी, चलो ये जो मैडम है वह भी बहुत ही ज्यादा चंगे आ, ये करते बहुत ज़्यादा करते हैं मैडम राजवीर कौर जे, वो भी यदि करते बेचारे सारे मतलब भैन भरा लागे जिन्हें है करते जरूर है, पर तुम पता भी अच्कल तो घरों घर खर्चे जोड़े आ नहीं कोई गुजारे वाली गल नहीं किसी भी। हाँ जी तो यह भी अँ भी यदा बेचार कोई सोचा जाए जो कोई मदद करने वाला हो, घर के हालात तो तुम आप ही वेख लिया भी एक कमरे के दिन जी रह। बच्चे दे जिहड़े फादर साहब सी वो बहुत ही नेक इंसान सी, जदों भी उन्होंने असीं स्कूले मीटिंग लई बुलाउंदे सी पेरेंट्स मीटिंग स्कूल विच हुंदियां सी तां वो अपने ड्यूटी तो छुट्टी लैके भी इत्थे मीटिंग जरूर अटेंड करदे सी, क्योंकि उन्हां दे लई उन्हां दा बच्चा ही सब कुछ सी। उन्हां दा भी बहुत वड्डा सुपना सी कि मेरा बच्चा किसी बड़ी किसी उच्चे अहुदे ते पहुंचे, तो उस लई वो अपने बच्चे दे लई बहुत अनथक मेहनत कीती है उन्हां ने। तो साडा हुण सारिआं दा ये फर्ज बनता है कि जे उन्हां दा ये सुपना सी बच्चे दे फादर साहब दा, चाहे वह इस दुनिया विच नहीं पर उन्हां दा सुपना साकार करना साडी ड्यूटी बनती है कि असीं बच्चे नूं इन्नी कु सपोर्ट करिए कि बच्चा जिहड़ा उन्हां दा सुपना है उन्हां नूं मतलब बच्चा जिहड़ा साकार कर सके, कितें सुपना अधूरा ना रह जावे उन्हां दा। किदां लगदा इस गल अकैडमी विच आउणा पढ़ना? जदों का मैं इस अकैडमी के लिए पढ़ रहा वहाँ सब तो पहला मैं गुरु के बारे कोई नॉलेज नहीं, जदों का इस अकैडमी के मैं पढ़ रहा मैं बहुत ज़्यादा नॉलेज मिली है। मैं गुरु के लड़ लगा वहाँ तो मैं अमृत संचार में इस अकैडमी वाले किया, पहला नहीं तो मैं कोई इनफॉरमेशन नहीं, ना कोई अपने गुरु बारे ना कोई होर नॉलेज सी। इस अकैडमी तो मैं बहुत कुछ सीखा है तो इस अकैडमी ने मैं बहुत ज़्यादा सपोर्ट भी की हुई है। खालसा वाहेगुरू जी की फतेह। मेरा नाम सतिंदरपाल कौर है तो मैं अकाल अकैडमी 2016 तो पढ़ा रही हाँ।
जर्मनजीत बच्चा जिहड़ा है साडे कोलों क्लास पहली तो पढ़ता आ रहा है तो मैं क्लास ट्वैल्थ हो गई हूँ इन्हां दी ट्वैल्थ क्लास दी इंचार्ज हाँ तो बच्चा बहुत ही सिंसीयर आ इत्थे अकैडमी दे विच आ के बच्चे ने अमृतपान किया अकैडमी दे विच सारे ही बच्चे बाणी बाणे नाल जुड़े हुए आ सेम एज इट इज़ जर्मन भी आ जर्मन गेम्स दे विच भी बड़ा अच्छा पार्टिसिपेट करता है हर वारी गेम्स दे विच अपना नाम दिंदा है कि मैं पार्टिसिपेट करना है सेम एज इट इज़ एजुकेशन पक्षों भी बच्चा बहुत वधिया एफर्ट्स लगा रहा है टेंथ क्लास दे विचों बड़े अच्छे स्कोर लैके इलेवंथ क्लास दे विच भी इन्हें कमर्स स्ट्रीम जिहड़ी सी कंटिन्यू की सेम एज इट इज़ ट्वैल्थ जिहड़ी है कंटिन्यू कर रहा है अपनी कमर्स स्ट्रीम दे विच ही बच्चे का एम है कि मैं अपना बिजनेस ओपन करना है ताकि जिहड़ियां मेरे घर दी कंडीशनस ने वो बहुत अच्छी नहीं ने फिर बिजनेस ओपन करेगा तो अपन कंडीशनस जिहड़ियां ने घर दीआं उन्हां नूं अच्छियां करेगा इसलिए बच्चे ने कमर्स अडोप्ट की हुई है घर दे विच एक बजे तो घर दा जो मेन जी चला जाए बड़ा दुख हुंदा है ना मैनूं लगदा तुसीं तां बहुत ज़्यादा दुख देखे ने बहुत दुख मैं जदों भी 27 साल हो गए इस घर विच आई नूं बस जदों बच्चे पहलां मेरा सब तो वड्डा बेटा सीगा वो भी हुंदे सारे भी खत्म हो गया सीगा फिर दो बेटियां होईयां सी ये जर्मन जी जिहड़ा 12 साल बाद होया सीगा ते असीं बहुत ही दुखां दे नाल ही ਘਾਲਣਾ ਘਾਲਦੇ ਰਹੇ ਹਾਂ ਅਤੇ ਅੱਜ ਤੱਕ ਵੀ ਇਸੇ ਦੁੱਖਾਂ ਦੇ ਵਿੱਚ ਹੀ ਸਾਡੀ ਜ਼ਿੰਦਗੀ ਬਤੀਤ ਹੋਣ ਡਈ ਆ ਕਿਸੇ ਪਾਸੇ ਨਹੀਂ ਸੁੱਖ ਦਾ ਬੁੱਲਾ ਸੁੱਖ ਨਹੀਂ ਆਇਆ ਜੇ ਅਸੀਂ ਕੋਈ ਮਾਲ ਡੰਗਰ ਰੱਖਦੇ ਸੀ ਉਹ ਵੀ ਪਹਿਲਾਂ ਅਸੀਂ ਪੈਸੇ ਦੇ ਕੇ ਮਾਲ ਡੰਗਰ ਘਰ ਲਿਆਉਂਦੇ ਸੀ ਉਹ ਘਰ ਅਸੀਂ ਚੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਸੀ ਸਾਡੇ ਘਰੋਂ ਆਉਂਦਿਆਂ ਹੀ ਅਤੇ ਜੇ ਉਹ ਕਿਤੇ ਭੁੱਲ ਭੁਲੇਖੇ ਬਚ ਜਾਂਦਾ ਸੀ ਤਾਂ ਉਹ ਦੂਜੀ ਵਾਰ ਸਾਡੇ ਘਰ ਸੁਣਦਾ ਨਹੀਂ ਸੀਗਾ ਅਸੀਂ ਉਹ ਪੰਟ ਪੈਸਿਆਂ ਦੀ ਲਾ ਕੇ ਅਤੇ ਉਹਨੂੰ ਉੱਦਾਂ ਫਿਰ ਵਾਪਸ ਭੇ ਛੱਡ ਦਿੰਦੇ ਸੀਗੇ ਬਹੁਤ ਹੀ ਅਸੀਂ ਦੁੱਖਾਂ ਦੇ ਨਾਲ ਅੱਜ ਤੱਕ ਘਾਲਣਾ ਘਾਲ ਲਏ ਕਿਸੇ ਵੀ ਕੰਮ 'ਚ ਬਰਕਤ ਬਰਕਤ ਨਹੀਂ ਹੈਗੀ ਜੀ ਸੁਣਿਆ ਤੁਹਾਡੇ ਖੇਤ 'ਚ ਵੀ ਇੱਧਰ ਪਿੱਛੇ ਅੱਗ ਲੱਗ ਗਈ ਸੀਗੀ ਅੱਗ ਲੱਗ ਗਈ ਸੀਗੀ ਅਤੇ ਉਹ ਕਾਫੀ ਸਾਡਾ ਨੁਕਸਾਨ ਹੋ ਗਿਆ ਸੀਗਾ ਪਿਛਲੇ ਪਾਸੇ ਢਾਰਾ ਸੀ ਡੰਗਰਾਂ ਵਾਸਤੇ ਪਾਇਆ ਉਹ ਵੀ ਸੜ ਗਿਆ ਸੀਗਾ ਹੋਰ ਨਾੜ ਵਗੈਰਾ ਸਾਰਾ ਤੂੜੀ ਤਾੜੀ ਸੜ ਗਈ ਸੀਗੀ ਇਹ ਨਹੀਂ ਲੱਗਦਾ ਵੀ ਵਾਹਿਗੁਰੂ ਪਰਮਾਤਮਾ ਜਦੋਂ ਕਈ ਵਾਰੀ ਜਦੋਂ ਇੱਕ ਪਾਸੇ ਦੁੱਖ ਹੁੰਦਾ ਫਿਰ ਸਾਰੇ ਪਾਸੇ ਦੁੱਖ ਆਈ ਜਾਂਦਾ ਹਾਂਜੀ ਅੱਗੇ ਤਾਂ ਦੁੱਖ ਹੀ ਆਉਂਦੇ ਸੀ ਪਰ ਜਾਂ ਇਹਨਾਂ ਦੀ ਮੌਤ ਨੇ ਤਾਂ ਸਾਡਾ ਬਿਲਕੁਲ ਲੱਕ ਹੀ ਤੋੜ ਦਿੱਤਾ ਮੇਰੇ ਤਾਂ ਛੋਟੇ ਵੀਰ ਆਰ ਗਏ ਬਹੁਤ ਵਧੀਆ ਸੁਭਾਅ ਸੀ ਪਰ ਉਹਨੇ ਕੋਈ ਜ਼ਿੰਮੇਵਾਰੀ ਨਿਭਾਈ ਨਹੀਂ ਬਹੁਤ ਦੁੱਖ ਵੇਖ ਕੇ ਆਉਂਦਾ ਜਦੋਂ ਬੱਚੇ ਰੋਂਦੇ ਆ ਅਤੇ ਬਹੁਤ ਜ਼ਿਆਦਾ ਦੁੱਖ ਆਉਂਦਾ ਵੀ ਕੀ ਕਰੀਏ ਹੁਣ ਕੋਈ ਵਾਸਤ ਹੋਵੇ ਤਾਂ ਲੈ ਆਈਏ ਉਹਨੂੰ ਆਉਣ ਵਾਲੀ ਥਾਂ ਨਹੀਂ ਗਿਆ ਇੰਨੇ ਸਾਲ ਰਿਹਾ ਕਦੀ ਉਹਨੇ ਕਿਤੇ ਕੋਈ ਗੁੱਸੇ ਵਾਲੀ ਗੱਲ ਕਦੀ ਕਦੀ ਅਸੀਂ ਲੜਕੇ ਨਹੀਂ ਵੇਖਿਆ ਇੰਨੇ ਸਾਲ ਰਿਹਾ ਵਾ 30-32 ਸਾਲ ਮੇਰੇ ਵਿਆਹ ਨੂੰ ਹੀ ਉਹ ਚੱਲਿਆ ਪਰ ਕਦੀ ਅਸੀਂ ਇੱਕ ਦੂਜੇ ਨੇ ਕਦੀ ਊਚ ਨੀਚ ਨਹੀਂ ਕੀਤੀ ਛੋਟੇ ਵੀਰਾਂ ਵਰਗਾ ਸੀ ਕੋਈ ਰੱਬ ਦੀ ਕਰੋਪੀ ਜਿਹੜੀ ਹੈ ਇੰਨੀ ਛੇਤੀ ਜਦੋਂ ਨਿੱਕੀ ਉਮਰੇ ਜ਼ਿੰਮੇਵਾਰੀਆਂ ਪੈ ਜਾਣ ਸਿਰ 'ਤੇ ਤਾਂ ਕਹਿੰਦੇ ਜ਼ਿੰਮੇਵਾਰੀਆਂ ਵਕਤ ਤੋਂ ਪਹਿਲਾਂ ਹੀ ਸਿਆਣਾ ਬਣਾ ਦਿੰਦੀਆਂ ਨੇ ਕਿੰਨਾ ਕੁ ਫਰਕ ਹੈ ਤੇਰੇ ਸੁਭਾਅ ਦੇ ਵਿੱਚ ਪਿਤਾ ਦੇ ਜਾਣ ਤੋਂ ਬਾਅਦ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਉਹ ਤੋਂ ਬਾਅਦ ਜ਼ਿੰਮੇਵਾਰੀਆਂ ਵੱਧ ਗਈਆਂ ਪਹਿਲਾਂ ਵੀ ਬਾਹਰ ਹੀ ਹੁੰਦੇ ਉਦੋਂ ਵੀ ਕੰਮਕਾਰ ਆਪ ਹੀ ਕਰੀਦਾ ਪਰ ਜਦੋਂ ਹੁਣ ਚੱਲ ਗਏ ਆ ਹੁਣ ਤਾਂ ਸਾਰਾ ਕੁਝ ਪਤਾ ਵੀ ਆਪ ਹੀ ਕਰਨਾ ਪੈਣਾ ਰੱਬ ਦੇ ਛੱਡਿਆ ਸਾਰਾ ਕੁਝ ਜਿੱਦਾਂ ਉਹਦੀ ਮਰਜ਼ੀ ਬਦਕਿਸਮਤੀ ਜਿਉਂ ਮੱਥਿਆਂ 'ਤੇ ਖੁਣ ਗਈ ਹੋਵੇ ਮਾੜੀ ਕਿਸਮਤ ਜਿਉਂ ਘਰ ਦਾ ਪਤਾ ਸੁਣ ਗਈ ਹੋਵੇ ਬੁਰਾ ਵਕਤ ਇਸ ਪਰਿਵਾਰ ਦਾ ਖਹਿੜਾ ਛੱਡ ਹੀ ਨਹੀਂ ਰਿਹਾ ਜਰਮਨਜੀਤ ਦੇ ਪਿਤਾ ਸਿਕਿਉਰਿਟੀ ਗਾਰਡ ਸਨ ਜੋ ਮਹਿਜ਼ 10,000 ਦੀ ਨੌਕਰੀ ਵਿੱਚ 3 ਬੱਚਿਆਂ ਨੂੰ ਪੜ੍ਹਾ ਰਹੇ ਸਨ ਉਹ ਅਡੋਲ ਸਨ ਗੁਰੂ ਦੇ ਸਿੰਘ ਸਨ ਜੋ ਕਿਰਤ ਕਰਕੇ ਪਰਿਵਾਰ ਦਾ ਪੇਟ ਪਾਲਦਾ ਹੈ ਪਰ ਹੁਣ ਉਹ ਦੁਨੀਆ ਤੋਂ ਸਦਾ ਲਈ ਰੁਖਸਤ ਹੋ ਗਏ ਨੇ ਹੁਣ ਉਸ ਸਿਕਿਉਰਿਟੀ ਗਾਰਡ ਦੇ ਪਰਿਵਾਰ ਦੀ ਸਿਕਿਉਰਿਟੀ ਕੌਣ ਕਰੂਗਾ ਹਾਂ ਵਾਹਿਗੁਰੂ ਕਰੂਗਾ ਪਰ ਤੁਹਾਡੇ ਰਾਹੀਂ ਕਰੂਗਾ ਤੁਹਾਡੇ ਅੰਦਰ ਵਸ ਕੇ ਕਰੂਗਾ
ਜਰਮਨਜੀਤ ਸਿੰਘ ਨੂੰ ਸਪੌਂਸਰ ਕਰਨ ਲਈ ਕਾਲ ਕਰੋ ਰਵੀਦੀਪ ਕੌਰ ਮੁਕਤਾ +1 9726931077